ਆਈਜੀ ਕੁਵਰ ਵਿਜੇ ਪ੍ਰਤਾਪ ਜਿਹੜੇ ਅੱਜ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕਰ ਚੁੱਕੇ ਹੋ, ਕਿਵੇਂ ਵੇਖਦੇ ਤੁਸੀਂ ਬੇਅਦਬੀ ਕਾਂਡ ਦੀ ਜਿਹੜੀ ਸਾਰੀ ਰਿਪੋਰਟ ਸੀ ਉਹ ਵੇਖ ਰਹੇ ਸੀ ਹਾਈ ਕੋਰਟ ਨੇ ਜਿਹੜੀ ਉਹ ਖਾਰਜ ਵੀ ਕਰ ਦਿੱਤੀ। ਤੁਸੀਂ ਪਾਰਟੀ ਨਾਲੋਂ ਅਕਾਲੀ ਦਲ ਨਾਲੋਂ ਵੱਖ ਹੋਏ ਸੀ ਇੱਕ ਨਵੀਂ ਬਦਲਾਅ ਵਾਸਤੇ, ਤੁਸੀਂ ਪਾਰਟੀ ਜਿਹੜੀ ਆ ਚੇਂਜ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਏ ਹੋ, ਕੀ ਤੁਸੀਂ ਤੁਹਾਡੀ ਜਿਹੜੀ ਟਾਰਗੇਟ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਦਾ ਮੁਕਾਬਲਾ ਹੈ ਕਿ ਜਾਂ ਉਹਨਾਂ ਦੀਆਂ ਗਤੀਵਿਧੀਆਂ ਦਾ ਮੁਕਾਬਲਾ ਹੈ? ਸੁਖਬੀਰ ਬਾਦਲ ਨੂੰ ਹਰਾਉਣਾ ਹੈ ਤਾਂ ਤੁਹਾਨੂੰ ਲਹਿਰਾ ਗਾਗਾ ਤੋਂ ਇਲੈਕਸ਼ਨ ਛੱਡ ਕੇ ਅਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਜਿਹੜੀ ਆ ਹਾਰ ਦਾ ਮੂੰਹ ਦਿਖਾਉਣਾ ਚਾਹੀਦਾ? ਉਹ ਜੋਰ ਆ ਰਹੇ ਨੇ ਉਹ ਕਹਿੰਦੇ ਸੁਖਬੀਰ ਨੂੰ ਲੈ ਰਿਹਾ ਸੀ ਲਹਿਰੇ, ਉਹ ਆ ਜਾਣ। ਪਰਮਿੰਦਰ ਸਿੰਘ ਢੀਂਡਸਾ ਜਾਣਗੇ ਜਲਾਲਾਬਾਦ ਉਹਨਾਂ ਨੂੰ ਹਰਾਉਣ ਵਾਸਤੇ। ਬੋਲੀ ਨਾਲਾ ਦੀ ਬਿਆਨ ਜਿਹੜਾ ਲਾਇਆ ਸੀਗਾ ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆਏ, ਨਾ ਤਾਂ ਅਕਾਲੀ ਦਲ ਹੱਲ ਹੋ ਰਹੇ ਨਾ ਤੁਹਾਡੇ ਹੱਲ ਆ ਰਹੇ, ਕਿਵੇਂ ਦੇਖਦੇ ਉਹਨਾਂ ਦੀ ਗੱਲ? ਜੇ ਬੋਨੀ ਰਾਜਾ ਜੀ ਨਾਲ ਕੁਛ ਕਹੀ ਜਾਵੇ ਉਹਦੇ ਕਹਿਣ ਦਾ ਕੀ ਫਰਕ ਪੈਂਦਾ ਸਾਨੂੰ? ਕਹਿੰਦਾ ਟਕਸਾਲੀ ਵੀ ਖਤਮ ਹੋ ਗਿਆ। ਚਲੋ ਕਹਿਣ ਦਿਓ, ਕੋਈ ਯਾਰ ਉਹਦੇ ਇਹਨਾਂ ਗੱਲਾਂ ਦਾ ਸਾਡੇ 'ਤੇ ਕੋਈ ਅਸਰ ਨਹੀਂ। ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ, ਗੱਲਬਾਤ ਕਰਾਂਗੇ ਢੀਂਡਸਾ ਸਾਹਿਬ। ਸਭ ਤੋਂ ਪਹਿਲਾਂ ਤਾਂ ਗੁਰੂ ਨਗਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮਿਹਰਬਾਨੀ ਤੁਹਾਡੀ, ਤੁਸੀਂ ਇੰਨਾ ਮਾਣ ਸਤਿਕਾਰ ਕੀਤਾ। ਅੱਜ ਅਸੀਂ ਗੁਰੂ ਦੀ ਨਗਰੀ ਵਿੱਚ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਔਰ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਹੈ। ਢੀਂਡਸਾ ਸਾਹਿਬ ਨਵੀਂ ਪਾਰਟੀ ਬਣਾਈ ਆ ਤੁਸੀਂ, ਪਹਿਲੀ ਪਾਰਟੀ ਜਿਹੜੀ ਸੀ ਉਹ ਭੰਗ ਕਰ ਦਿੱਤੀ, ਗਤੀਵਿਧੀਆਂ ਕੀ ਚੱਲ ਰਹੀਆਂ ਪਾਰਟੀ ਦੀਆਂ? ਨਹੀਂ, ਗਤੀਵਿਧੀਆਂ ਸ਼ੁਰੂ ਹੋ ਗਈਆਂ, ਅਸੀਂ ਬਣਦੇ ਸਾਰੇ ਪੰਜਾਬ 'ਚ ਸ਼ੁਰੂ ਹੋ ਜਾਣਗੀਆਂ ਅਤੇ ਅਸੀਂ ਜਲਦੀ ਸ਼ੁਰੂ ਕਰ ਦਿਆਂਗੇ। ਹੋ ਹੀ ਗਈਆਂ ਸ਼ੁਰੂ। ਹਾਂਜੀ, ਜੇ ਗੱਲ ਕਰੀਏ ਆਈ ਜੀ ਕੁਵਰ ਵਿਜੇ ਪ੍ਰਤਾਪ ਜਿਹੜੇ ਅੱਜ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕਰ ਚੁੱਕੇ ਹੋ, ਕਿਵੇਂ ਵੇਖਦੇ ਤੁਸੀਂ ਬੇਅਦਬੀ ਕਾਂਡ ਦੀ ਜਿਹੜੀ ਸਾਰੀ ਰਿਪੋਰਟ ਸੀ ਉਹ ਵੇਖ ਰਹੇ ਸੀ ਹਾਈ ਕੋਰਟ ਨੇ ਜਿਹੜੀ ਉਹ ਖਾਰਜ ਵੀ ਕਰ ਦਿੱਤੀ? ਦੇਖੋ ਇਹ ਤਾਂ ਹੁਣ ਵਕਤ ਦੱਸੂਗਾ, ਇਹਨੇ ਵਕਤ ਨਹੀਂ ਦੱਸਣਾ ਵੀ ਕੀ ਕੀ ਕਿੰਨੀ ਸੱਚਾਈ ਉਹਦੇ 'ਚ ਹੈ ਕਿੰਨੀ ਦੂਜਿਆਂ 'ਚ, ਇਹ ਤਾਂ ਵਕਤ ਦੱਸੂਗਾ। ਕੀ ਤੁਹਾਨੂੰ ਲੱਗਦਾ ਪਾਰਟੀ ਦੇ ਵਿੱਚ ਮਜ਼ਬੂਤ ਹੋ ਪਾਉਣਗੇ ਜਾਂ ਅਹੁਦਿਆਂ ਨੂੰ ਲੈ ਕੇ ਫਿਰ ਖਲਾਰਾ ਪੈ ਸਕਦਾ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ? ਅੱਜ ਕੁਛ ਨਹੀਂ ਕਿਹਾ ਜਾ ਸਕਦਾ, ਅੱਜ ਕੁਛ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਰੋਜ਼ ਬਦਲਦੀ ਹੈ, ਇਲੈਕਸ਼ਨਾਂ ਤੋਂ ਪਹਿਲਾਂ ਤਾਂ ਬਹੁਤ ਵਾਰੀ ਬਦਲੇਗੀ, ਇਸ ਕਰਕੇ ਰੋਜ਼ ਬਦਲਦੀ ਹੈ, ਉਹਨੂੰ ਤੁਸੀਂ ਉਹ ਨਹੀਂ ਕਰ ਸਕਦੇ। ਤੁਸੀਂ ਵੀ ਪਾਰਟੀ ਨਾਲੋਂ ਅਕਾਲੀ ਦਲ ਨਾਲੋਂ ਵੱਖ ਹੋਏ ਸੀ ਇੱਕ ਨਵੀਂ ਬਦਲਾਅ ਵਾਸਤੇ, ਤੁਸੀਂ ਪਾਰਟੀ ਜਿਹੜੀ ਆ ਚੇਂਜ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਏ ਹੋ, ਕੀ ਤੁਸੀਂ ਤੁਹਾਡੀ ਜਿਹੜੀ ਟਾਰਗੇਟ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਦਾ ਮੁਕਾਬਲਾ ਹੈ ਕਿ ਜਾਂ ਉਹਨਾਂ ਦੀਆਂ ਗਤੀਵਿਧੀਆਂ ਦਾ ਮੁਕਾਬਲਾ? ਸਾਡਾ ਉਹ ਤਾਂ ਸਿਧਾਂਤ ਛੱਡ ਚੁੱਕੇ ਨੇ, ਸਾਡਾ ਉਹਨਾਂ ਨਾਲ ਸਿਧਾਂਤਕ ਮਤਭੇਦ ਹੈ, ਸਾਡਾ ਕਿਸੇ ਨਾਲ ਜਾਤੀ ਨਹੀਂ ਹੈ, ਸਾਡਾ ਸਿਧਾਂਤਕ ਮਤਭੇਦ ਹੈ, ਅਸੀਂ ਅੰਦਰ ਵੀ ਬੈਠ ਕੇ ਲੜਦੇ ਰਹੇ, ਜਦੋਂ ਅੰਦਰ ਸਾਡੀ ਗੱਲ ਨਾ ਚੱਲੀ ਬਰਨਪੁਰਾ ਜੀ ਬਾਹਰ ਆ ਗਏ, ਮੈਂ ਵੀ ਬਾਹਰ ਆ ਗਿਆ, ਪਰ ਅਸੀਂ ਆਪਣੀਆਂ ਪਾਰਟੀਆਂ ਬਣਾਈਆਂ, ਹੁਣ ਅਸੀਂ ਇਕੱਠੇ ਹੋ ਗਏ। ਸੁਖਬੀਰ ਬਾਦਲ ਨੂੰ ਹਰਾਉਣਾ ਹੈ ਤਾਂ ਤੁਹਾਨੂੰ ਲਹਿਰਾ ਗਾਗਾ ਤੋਂ ਇਲੈਕਸ਼ਨ ਛੱਡ ਕੇ ਅਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਜਿਹੜੀ ਆ ਹਾਰ ਦਾ ਮੂੰਹ ਦਿਖਾਉਣਾ ਚਾਹੀਦਾ? ਯਾਰ ਮੈਂ ਤਾਂ ਪਹਿਲੇ ਦਿਨ ਕਿਹਾ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ। ਮੈਂ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰ ਰਿਹਾ, ਤੁਹਾਡੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਚੱਲਦੇ ਨੇ ਪਰਮਿੰਦਰ ਸਿੰਘ ਢੀਂਡਸਾ? ਨਹੀਂ, ਉਹ ਆ ਰਹੇ ਨੇ, ਉਹ ਜੋਰ ਆ ਰਹੇ ਨੇ, ਉਹ ਕਹਿੰਦੇ ਸੁਖਬੀਰ ਨੂੰ ਲੈ ਰਹੇ ਹਾਂ ਅਸੀਂ ਲਹਿਰੇ, ਉਹ ਆ ਜਾਣ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਸੁਖਬੀਰ ਬਾਦਲ ਜੀ ਲਹਿਰੇ ਗਾਗੇ ਵਾਲੇ ਇਲੈਕਸ਼ਨ ਲੜਨਗੇ? ਨਹੀਂ, ਉਹ ਕਹਿੰਦੇ ਆ, ਉਹਨਾਂ ਦੀ ਪਾਰਟੀ ਕਹਿੰਦੀ ਆ ਉਹਨਾਂ ਦੀ ਕਿ ਅਸੀਂ ਜੋਰ ਪਾ ਰਹੇ ਹਾਂ ਉੱਥੇ। ਪਰਮਿੰਦਰ ਸਿੰਘ ਢੀਂਡਸਾ ਜਾਣਗੇ ਜਲਾਲਾਬਾਦ ਉਹਨਾਂ ਨੂੰ ਹਰਾਉਣ ਵਾਸਤੇ? ਨਹੀਂ, ਪਰਮਿੰਦਰ ਸਿੰਘ ਢੀਂਡਸਾ ਦੀ ਇਲੈਕਸ਼ਨ ਲੜੂ ਯਾਰ, ਉਹਦਾ ਹਲਕਾ ਲਹਿਰਾ ਗਾਗਾ, ਬਾਕੀ ਉਹ ਆਪ ਦੱਸੇ ਕੀ ਗਿਆ ਇਹਨੂੰ ਕਰਨੀ। ਜਿਵੇਂ ਗੱਲ ਕਰੀਏ ਆ ਜੀ ਆਮ ਆਦਮੀ ਪਾਰਟੀ ਵੱਲੋਂ ਕਾਫੀ ਚਿਹਰਿਆਂ ਨੂੰ ਨਾਲ ਮਰਾਇਆ ਜਾ ਰਿਹਾ, ਤੁਹਾਡੇ ਵੱਲੋਂ ਵੀ ਕੋਈ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ? ਸਾਡੇ ਬਹੁਤ ਐਸੇ ਬੰਦੇ ਆਏ ਨੇ, ਉਹਨਾਂ ਦਾ ਤੁਸੀਂ ਐਕਸ ਮਿਨਿਸਟਰ ਨੇ, ਐਕਸ ਐਮ ਐਲ ਏ ਨੇ, ਆਈ ਜੀ ਪੀ ਸੀ ਦੇ ਐਗਜੈਕਟਿਵ ਮੈਂਬਰ ਨੇ ਸਾਰੇ ਨੇ, ਔਰ ਐਗਜੈਕਟਿਵ ਜੀ ਦੇ ਸਾਡੇ ਨਾਲ 18-15-20-22 ਬੰਦੇ ਨੇ, ਇਸ ਕਰਕੇ ਸਾਡਾ ਕੋਈ ਇਹ ਨਹੀਂ ਹੈ ਕਿ ਸਾਡੇ ਨਾਲ ਰਲ ਨਹੀਂ ਰਿਹਾ, ਪਰ ਇਹ ਹੈ ਕਿ ਅਸੀਂ ਬਹੁਤ ਟੋਲ ਟਮੱਕਿਆਂ ਨਾਲ ਨਹੀਂ ਚਾਹੁੰਦੇ, ਅਸੀਂ ਰੋਜ਼ ਜਲਾ ਰਹੇ ਹਾਂ, ਪ੍ਰੈਸ 'ਚ ਨਹੀਂ ਆ ਰਿਹਾ, ਜੇ ਆਉਂਦਾ ਤਾਂ ਉਹ ਏਰੀਏ 'ਚ ਆਉਂਦਾ, ਬਾਹਰ ਨਹੀਂ ਆਉਂਦਾ। ਢੀਂਡਸਾ ਸਾਹਿਬ, ਡਾਕਟਰ ਰਤਨ ਸਿੰਘ ਅਜਨਾਲਾ ਨਾਲ ਵੀ ਮੈਂ ਗੱਲ ਕੀਤੀ ਸੀ ਪਿਛਲੇ ਦਿਨੀ, ਉਹਨਾਂ ਦੇ ਪੁੱਤਰ ਦੀ ਬੋਨੀ ਅਜਨਾਲਾ ਦੀ ਬਿਆਨ ਜਿਹੜਾ ਲਾਇਆ ਸੀਗਾ ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆਏ, ਨਾ ਤਾਂ ਅਕਾਲੀ ਦਲ ਹੱਲ ਹੋ ਰਹੇ ਨਾ ਤੁਹਾਡੇ ਹੱਲ ਆ ਰਹੇ, ਕਿਵੇਂ ਵੇਖਦੇ ਉਹਨਾਂ ਦੀ ਗਤੀਵਿਧੀ? ਇਹ ਤਾਂ ਹੁਣ ਸਾਡਾ ਮਿੱਤਰ ਹੈ, ਉਹ ਤਾਂ ਉਹਨੇ ਫੈਸਲਾ ਉਹ ਨਹੀਂ ਕਰਨਾ, ਇਹ ਤਾਂ ਡਾਕਟਰ ਸਾਹਿਬ ਨੇ ਖੁਦ ਫੈਸਲਾ ਕਰਨਾ, ਸਾਡਾ ਪੁਰਾਣਾ ਮਿੱਤਰ ਹੈ ਬਹੁਤ, ਅਸੀਂ ਇਕੱਠੇ ਰਹੇ ਹਾਂ। ਬੋਨੀ ਨਾਲਾ ਜੀ ਕਹਿੰਦੇ ਜਿਹੜੀ ਮੈਂ ਸਹੁੰ ਖਾਧੀ ਸੀ ਉਹ ਖਤਮ ਹੋ ਗਈ ਕਿਉਂਕਿ ਜਿਹੜੀ ਟਕਸਾਲੀ ਸੀ ਉਹ ਜਥੇਬੰਦੀ ਖਤਮ ਹੋ ਗਈ, ਹੁਣ ਨਵੀਂ ਬਣਾ ਲਈ, ਮੇਰੀ ਸਹੁੰ ਜਿਹੜੀ ਮਾਫ਼ ਹੋ ਗਈ। ਕਿਹਨੇ? ਬੋਨੀ ਨਾਲਾ ਕਹਿ ਰਹੇ ਸੀ। ਜੇ ਬੋਨੀ ਰਾਜਾ ਜੀ ਨਾਲ ਕੁਛ ਕਹੀ ਜਾਵੇ ਉਹਦੇ ਕਹਿਣ ਦਾ ਕੀ ਫਰਕ ਪੈਂਦਾ ਸਾਨੂੰ? ਕਹਿੰਦਾ ਟਕਸਾਲੀ ਵੀ ਖਤਮ ਹੋ ਗਿਆ। ਚਲੋ ਕਹਿਣ ਦਿਓ, ਕੋਈ ਯਾਰ ਉਹਦੇ ਇਹਨਾਂ ਗੱਲਾਂ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੈ।
ਕੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਡਾਕਟਰ ਰਤਨ ਸਿੰਘ ਇਨਾਲਾ ਤੁਹਾਡੇ ਨਾਲ ਸਪੋਰਟ ਕਰ ਸਕਦੇ ਨੇ ਜਾਂ ਬੋਨੀ ਦੇ ਹੱਕ 'ਚ ਜਾ ਸਕਦੇ ਨੇ? ਇਹ ਤਾਂ ਹੁਣ ਡਾਕਟਰ ਸਾਹਿਬ ਦੱਸਦੇ ਯਾਰ, ਮੈਂ ਕਿਵੇਂ ਦੱਸ ਸਕਦਾ ਕਿਸੇ ਦੇ ਬਾਰੇ? ਹੈ ਪੁਰਾਣੇ ਸਾਥੀ ਰਹੇ ਨੇ ਤੁਹਾਡੇ? ਲੈ ਮੈਂ ਹੁਣ ਆਏ ਉਹਨਾਂ ਦੇ ਮਨ ਥੋੜ੍ਹਾ ਟੋਲੂਗਾ, ਤੁਹਾਨੂੰ ਜਾ ਕੇ ਪੁੱਛੋ। ਚਲੋ ਬਹੁਤ ਸੋ ਇਸ ਸੁਖਦੇਵ ਸਿੰਘ ਢੀਲ ਸਾਹਿਬ ਜਿਨ੍ਹਾਂ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸਤਮਤਕ ਹੋ ਕੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀਆਂ ਗਤੀਵਿਧੀਆਂ ਲਗਾਤਾਰ ਹੀ ਉਹਨਾਂ ਵੱਲੋਂ ਤੇਜ਼ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਫੁੱਲ ਜਿਹੜੀ ਆ ਇਲੈਕਸ਼ਨ ਲੜਨਗੇ। ਕੈਮਰਾਮੈਨ ਅਸ਼ਦੀਪ ਨਾਲ ਜਗਤਾਰ ਸਿੰਘ ਮੱਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।